परिवार के हालात जिहड़े इन्ने क नाजुक ने भी कदे रोटी बनती है तो कदे नहीं, घर के कम करने लिए मजबूर होए हुए ने छोटे छोटे बच्चे। ये छोटा जिहा बच्चा देख रोई जांदा, पुत्र रिया जा, की होया की होया की होया, याद आ रही है पापा दी? जे पापा होंदे की हालात होने सी घर दे? की काम की कर जाना उन्हें तू स्कूल छड्ड के? भी पता लग गया मैनू चाचे नु मिलने लोर जाने नु। चाचे नाल मिलने लोर? मिले लोर मिलियां दे विच दुकान लोर? हां जी। कितने कितने दिल दुखदा है चीजां देख के भी छोटे छोटे बच्चे मेलियां दे विच काम करन दे लिए ते छोटी जी भैण घरां दे विच काम करन दे लिए मजबूर आ। ਉਹਨਾਂ ਦੀ ਪੜ੍ਹਾਈ ਦਾ ਵੀ ਦੇਖਦੀ ਹਾਂ, ਆਪਦਾ ਵੀ ਦੇਖਦੀ ਹਾਂ, ਘਰ ਦਾ ਵੀ ਦੇਖਦੀ ਹਾਂ, ਪਰ ਇਹਨਾਂ 'ਤੇ ਬੋਝ ਬਹੁਤ ਵੱਡਾ ਦੋਹਾਂ ਬੱਚਿਆਂ 'ਤੇ। ਮਾਤਾ ਨੇ ਦੱਸਿਆ ਸੀ ਵੀ ਕਦੇ ਸਕੂਲ ਵੀ ਨਹੀਂ ਜਾਂਦੇ, ਤੁਸੀਂ ਕਿਉਂ ਨਹੀਂ ਜਾਂਦੇ? ਕਦੇ ਫਿਰ ਮੰਮਾ ਨਾਲ ਕੰਮ ਕਰਾਉਣ ਜਾਣਾ ਹੁੰਦਾ, ਕਦੇ ਮੰਮੀ ਬਿਮਾਰ ਵੀ ਹੋ ਜਾਂਦੀ ਹੈ, ਫਿਰ ਮੰਮਾ ਤਾਂ ਨਹੀਂ ਇੰਨਾ ਹੁੰਦਾ, ਮੰਮੀ ਦਾ ਭਾਰਾ ਸਰੀਰ ਨਾਲ ਲੱਤ ਦਾ ਜਮ੍ਹਾਂ ਨਹੀਂ ਹੁੰਦਾ, ਫਿਰ ਕਰਨਾ ਪੈਂਦਾ ਮੈਨੂੰ। ਸਕੂਲ ਛੱਡ ਕੇ ਝਾੜੂ ਪੋਚਾ ਕਰਨ ਜਾਂਦੇ? ਹਾਂਜੀ। ਕਾਹਦੇ ਲਈ? ਸਟੱਡ ਲਈ, ਬਹਾਨਾ ਲਾਉਣਾ ਪੈਂਦਾ, ਕਦੇ ਬਿਮਾਰ ਹੋ ਗਈ, ਕਦੇ ਸੱਟ ਵੱਜੀ, ਇਹੋ ਜਿਹਾ ਬਹਾਨਾ ਲਾਉਣਾ ਪੈਂਦਾ। ਮੈਡਮ ਬੋਲਦੇ ਆ ਮੈਨੂੰ, ਤਾਂ ਮੈਡਮ ਕਹਿ ਦਿੰਦੇ ਤੂੰ ਝੂਠ ਬੋਲਦੀ, ਹੁਣ ਮੈਡਮਾਂ ਨੂੰ ਕੀ ਦੱਸਾਂ, ਮੇਰੇ ਹਾਲਾਤ ਹੀ ਇਹ ਜੇ, ਹੁਣ ਝੂਠ ਤਾਂ ਮੈਨੂੰ ਬੋਲਣਾ ਹੀ ਪੈਣਾ ਵਾ, ਜਿੱਦਣ ਜਾਂਦੀ ਉੱਧਰ ਝਟਕਾ ਪੈਂਦੀਆਂ ਸਕੂਲੋਂ। ਮੈਂ ਸੋਚਿਆ ਸੀ ਮੈਂ ਪੜ੍ਹ ਪੁੜ ਕੇ ਬਾਹਰ ਨੂੰ ਜਾਊਂਗੀ, ਘਰ ਦੇ ਹਾਲਾਤ ਦੇਖ ਕੇ ਸੋਚਦੀ ਹਾਂ ਨਹੀਂ ਸੁਪਨੇ ਨਹੀਂ ਪੂਰੇ ਹੋ ਸਕਦੇ ਮੇਰੇ, ਤਾਂ ਜੇ ਮੇਰੇ ਪਾਪਾ ਹੁੰਦੇ ਮੈਨੂੰ ਤਾਂ ਇੰਨਾ ਔਖਾ ਨਹੀਂ ਹੋਣਾ ਸੀ। ਉਹਨਾਂ ਨੇ ਤਾਂ ਕਹਿਣਾ ਤੁਸੀਂ ਬਹਿ ਕੇ ਬਸ ਆਪਦਾ ਪੜ੍ਹ ਲਓ, ਮੈਂ ਆਪਣੇ ਕੰਮ ਕਰਕੇ ਦਊਂਗਾ ਜੀ ਮੈਂ ਮਰ ਜਾ। ਮੇਰੀ ਮੰਮਾ ਨੂੰ ਤਾਂ ਮੇਰੇ 'ਤੇ ਬਹੁਤ ਹਾਸ ਸੀ, ਹੁਣ ਮੈਨੂੰ ਲੱਗਦਾ ਮੈਂ ਤਾਂ ਨਹੀਂ ਕੁਛ ਹੋ ਸਕਦਾ ਆਪਣੀ ਮੰਮਾ ਦੇ ਕਰਕੇ। ਕਾ ਤਾਂ ਨਹੀਂ ਹੋਊਗਾ ਭੈਣੇ, ਜੇ ਜੇ ਰਾਤ ਮੈਂ ਤਾਂ ਨਹੀਂ ਹੋਣਾ ਕੁਛ, ਤਾਂ ਮੈਂ ਪਾਪਾ ਤਾਂ ਲੈ ਕੇ ਨਹੀਂ ਆ ਸਕਦੀ ਹੁਣ, ਸੋਰੀ ਇਸ ਕਰਕੇ ਤਾਂ ਮੰਮਾ ਮੈਨੂੰ। ਹੁਣ ਮੈਂ ਇਹ ਸੋਚਦੀ ਹਾਂ ਮੰਮੀ ਦਾ ਜਿਹੜਾ ਬੁਢਾਪਾ ਵਾ, ਮੈਂ ਖੁਸ਼ ਹੋ ਗਏ ਨਾ ਮੰਮੀ ਨੂੰ ਸਹਾਰੂੰਗਾ, ਮੈਨੂੰ ਇਹ ਹੋਊਗਾ ਚੱਲ ਮੇਰੇ ਜਵਾਕਾਂ ਨੇ ਮੇਰੇ ਲਈ ਆਹ ਕੁਛ ਕੀਤਾ, ਪਹਿਲਾਂ ਸਾਨੂੰ ਇਵੇਂ ਜਵਾਬ ਭੁੱਖੀ ਪੈਂਦੀ ਰਹੀ ਹੈ, ਸਾਨੂੰ ਢਿੱਡ ਭਰਦੀ ਰਹੀ ਹੈ ਸਾਡਾ। ਜਦੋਂ ਕਹਿੰਦੇ ਛੱਤ 'ਚ ਆਉਂਦੀ ਆ ਦਿਲ ਦੁੱਖਦਾ ਉਦੋਂ? ਮੈਂ ਤਾਂ ਬਹੁਤ ਡਰਦੀ ਹਾਂ, ਮੈਨੂੰ ਇਹ ਲੱਗਦਾ ਹੁੰਦਾ ਕਦੇ ਕੋਈ ਥੱਲੇ ਨਾ ਆ ਜਾਵੇ। ਮੈਂ ਉਦਣ ਸਕੂਲ ਜਾਣਾ ਸੀ, ਪੌੜੀਆਂ ਡੈਗ ਗਈਆਂ ਸੀ, ਮੈਂ ਵਰਦੀ ਚੱਕਣ ਜਾਂਦੀ ਸੀ, ਉਹ ਇੱਕ ਸਟੈਪ ਆ ਗਏ, ਦੂਜੇ ਸਟੈਪ 'ਤੇ ਰੱਖਣ ਲੱਗੇ, ਸਾਰੀਆਂ ਪੌੜੀਆਂ ਥੱਲੇ ਡੈਗ ਗਈਆਂ। ਉਦਣ ਟੂਈ 'ਤੇ ਰਗੜਾ ਵੱਜੀਆਂ ਸੀ, ਉਹ ਤਾਂ ਬਚ ਗਈ ਸੀ। ਕਾਪੀਆਂ ਕਿਤਾਬਾਂ ਦਾ ਖਰਚਾ ਕਿੱਥੋਂ ਪੂਰਾ ਕਰਦੇ ਹੋ? ਮੰਮਾ ਨੇ ਜਿਵੇਂ ਦੱਸਿਆ ਵੀ 1500-2000 ਰੁਪਈਆ ਮਹੀਨੇ ਦਾ ਮਿਲਦਾ ਸਾਰਾ? ਮੈਂ ਮੈਡਮਾਂ ਨੂੰ ਕਹਿੰਦੀ ਹਾਂ ਆਪਦੀਆਂ ਨੂੰ, ਮੈਡਮ ਜੀ ਮੇਰੀ ਹੈਲਪ ਕਰ ਦਿਉ, ਕਾਪੀਆਂ ਮੈਨੂੰ ਉਹ ਲਿਆ ਦਿੰਦੇ ਆ, ਚੱਲ ਫੀਸ ਹੁਣ ਮੈਂ ਉਹਨਾਂ ਨੂੰ ਕਹਿ ਕੇ ਮਾਫ਼ ਕਰਵਾਉਂਦੀ ਹਾਂ ਉਹਦੀ ਫੀਸ। ਮੈਡਮ ਕਹਿ ਦਿੰਦੇ ਆ ਜੇ ਨਾ ਸਕੂਲ ਆਈ ਪਈ ਅਸੀਂ ਨਹੀਂ ਤੇਰੀ ਫੀਸ ਦਿਆ ਕਰਨ, ਜੇ ਮੈਂ ਅੱਗ ਮੰਮੀ ਨੂੰ ਦੱਸਦੀ ਹਾਂ, ਮੰਮੀ ਕਹਿ ਦਿੰਦੀ ਆ ਚੱਲ ਰਹਿਣ ਦੇ ਫਿਰ ਪੜ੍ਹਨ ਨੂੰ, ਫਿਰ ਸੋਚਦੀ ਹਾਂ ਫਿਰ ਜੇ ਨਾ ਪੜੂੰਗੀ ਫਿਰ ਮੈਂ ਗਾਹਾਂ ਬਣੂੰਗੀ ਕਿ, ਹੁਣ ਸਾਰੀ ਉਮਰ ਝਾੜੂ ਪੋਚੇ ਤਾਂ ਨਹੀਂ ਕਰਦੀ ਰਹੂੰਗੀ, ਸਾਰੇ ਜਵਾਕ ਵੱਡੇ ਹੋ ਗਏ ਪੜ੍ਹ ਕੇ ਆਉਣਾ, ਕਿੱਥੇ ਵੀ ਕਿੱਥੇ ਪਹੁੰਚ ਜਾਂਦੇ, ਮੇਰਾ ਵੀ ਦਿਲ ਕਰਦਾ ਮੰਮੀ ਆ ਕੇ ਦੱਸਦੀ ਭਾਈ ਉਹਨਾਂ ਦੇ ਜਵਾਕ ਆਹ ਬਣ ਗਏ, ਫਿਰ ਆਪਦਾ ਵੀ ਦਿਲ ਟੁੱਟਦਾ। ਮੈਂ ਨਾ ਤੁਹਾਡਾ ਤਵਾ ਦੇਖਿਆ ਟੁੱਟਿਆ ਪਿਆ ਵਾ, ਪੈਸੇ ਨਹੀਂ ਹੈਗੇ, ਮੈਂ ਇੱਕ ਸਿਲੰਡਰ ਤੱਕ ਨਹੀਂ ਭਰਿਆ ਜਾਂਦਾ 1500 ਦੇ ਨਾਲ, ਪਰ ਇਹ ਪਰਿਵਾਰ 1500 ਦੇ ਨਾਲ ਮਹੀਨੇ ਦਾ ਗੁਜ਼ਾਰਾ ਕਰਦਾ, ਕਿਵੇਂ ਕਰਦਾ ਇਹ ਤੁਸੀਂ ਆਪ ਸੋਚ ਸਕਦੇ ਹੋ। ਤੁਹਾਡੇ ਲਈ ਨਾ ਅਪੀਲ ਹੀ ਕਰਦੇ ਹਾਂ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ, ਆ ਨਿੱਕੀਆਂ ਨਿੱਕੀਆਂ ਅੱਖਾਂ ਨਿੱਕੇ ਨਿੱਕੇ ਸੁਪਨੇ ਨਾ ਅੱਜ ਉਡੀਕ ਕਰ ਰਹੇ ਨੇ ਤੁਹਾਡੇ ਇੱਕ ਸ਼ੇਅਰ ਦੀ ਅਤੇ ਤੁਹਾਡੇ ਇੱਕ ਸਾਥ ਦੀ, ਜ਼ਰੂਰ ਇਸ ਪਰਿਵਾਰ ਦੇ ਨਾਲ ਖੜੇ ਹੋ। ਗਰੀਬੀ ਕਹਿਣ ਨੂੰ ਤਾਂ ਇੱਕ ਛੋਟਾ ਜਿਹਾ ਅੱਖਰ ਆ, ਪਰ ਜਦੋਂ ਗਰੀਬੀ ਕੱਟਣੀ ਪਵੇ ਤਾਂ ਉਦੋਂ ਪਤਾ ਲੱਗਦਾ। ਸੋ ਦੋਸਤੋ, ਲਵ ਪੰਜਾਬ ਨਾਲ ਜੁੜੇ ਹੋਏ ਹੋ ਤੁਸੀਂ ਅਤੇ ਮੈਂ ਬਲਜਿੰਦਰ ਸਿੰਘ। ਸੋ ਅੱਜ ਅਜਿਹੇ ਪਰਿਵਾਰ ਦੇ ਵਿੱਚ ਮੌਜੂਦ ਹਾਂ ਜਿਨ੍ਹਾਂ ਦੇ ਹਾਲਾਤ ਦੇਖ ਕੇ ਨਾ ਕਿਤੇ ਅੱਖਾਂ ਭਰ ਆਉਂਦੀਆਂ ਨੇ। ਛੋਟੇ ਛੋਟੇ ਬੱਚੇ ਅਤੇ ਮਾਤਾ ਜੀ ਮੇਰੇ ਨਾਲ ਮੌਜੂਦ ਨੇ। ਜੇ ਗੱਲ ਕਰੀਏ ਪਰਿਵਾਰ ਦੀ, ਰੀੜ੍ਹ ਦੀ ਹੱਡੀ, ਰੀੜ੍ਹ ਦੀ ਹੱਡੀ ਮਰਦ ਹੁੰਦੇ ਆ, ਅਤੇ ਬਾਈ ਵੀ ਆ ਸਾਡੇ ਵਿੱਚ ਨਹੀਂ ਰਹੇ, ਬਾਈ ਦਾ ਉਹ ਵੀ ਤੁਹਾਡੇ ਨਾਲ ਹਾਲਾਤ ਆ ਜਿਹੜੇ ਸਾਂਝੇ ਕਰਾਂਗੇ, ਕਿਸ ਤਰ੍ਹਾਂ ਪਰਿਵਾਰ ਜਿਹੜਾ ਅੱਜ ਦੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ, ਅਤੇ ਪਰਿਵਾਰ ਦੇ ਹਾਲਾਤ ਜਿਹੜੇ ਇੰਨੇ ਕੁ ਨਾਜ਼ੁਕ ਨੇ ਵੀ ਕਦੇ ਰੋਟੀ ਬਣਦੀ ਹੈ ਅਤੇ ਕਦੇ ਨਹੀਂ, ਘਰਾਂ ਦੇ ਕੰਮ ਕਰਨ ਲਈ ਮਜਬੂਰ ਹੋਏ ਹੋਏ ਨੇ ਛੋਟੇ ਛੋਟੇ ਬੱਚੇ। ਇਹ ਗੱਲਬਾਤ ਕਰਦੇ ਹਾਂ ਸਾਡੇ ਨਾਲ ਮਾਤਾ ਜੀ ਮੌਜੂਦ ਨੇ। ਮਾਤਾ ਜੀ, ਮਾਤਾ ਜੀ ਕੀ ਨਾਮ ਆ ਜੀ? ਮੇਰਾ ਨਾਂ ਦਲਜੀਤ ਕੌਰ ਆ ਜੀ। ਕੌਣ ਕੌਣ ਆ ਪਰਿਵਾਰ 'ਚ? ਅਸੀਂ ਦੋਨੇ ਬੱਚੇ ਆ, ਮੈਂ ਆ ਬਸ।
ਕੰਮ ਕੀ ਕਰਦੇ ਹੋ ਤੁਸੀਂ? ਅਸੀਂ ਘਰਾਂ ਦੇ ਕੰਮ ਕਰਦੇ ਹਾਂ ਵੀਰ ਜੀ। ਘਰਾਂ ਦੇ ਕੰਮ? ਹਾਂਜੀ, ਝਾੜੂ ਪੋਚਾ ਕਰਦੇ ਹਾਂ। ਠੀਕ ਹੈ। ਹਾਂਜੀ, ਫਿਰ ਗੁਜ਼ਾਰਾ ਹੋ ਜਾਂਦਾ ਵਾ? ਨਹੀਂ ਜੀ, ਉਹ ਬਹੁਤ ਔਖਾ ਹੁੰਦਾ ਗੁਜ਼ਾਰਾ ਵੀਰ ਜੀ, ਤੁਹਾਨੂੰ ਪਤਾ 1500 ਚ ਕੀ ਬਣਦਾ ਵਾ। ਬੱਚਿਆਂ ਦੀ ਪੜ੍ਹਾਈ ਆ, ਘਰ ਦਾ ਖਰਚਾ ਵੀ ਆ, ਸਾਰਾ ਕੁਛ ਦੇਖਣਾ ਪੈਂਦਾ, ਦਵਾਈ ਬੂਟੀ ਵੀ ਲੈਣੀ ਪੈਂਦੀ ਆ, ਸੌਦਾ ਪਾਣੀ ਵੀ ਵਿੱਚੋਂ ਲੈਣਾ ਪੈਂਦਾ ਵੀ, ਜਾਣੀ ਕਿ ਬਹੁਤ ਹਾਲਾਤ ਮਾੜੇ ਆ, ਨੁਕਸਾਨ ਬਹੁਤ ਹੋਇਆ ਹੋਇਆ ਘਰ ਦਾ, ਟੋਏ ਪਏ ਪਏ ਆ, ਲੈਂਟਰ ਚਾਹੁੰਦਾ ਸਾਡਾ, ਸਾਰਾ ਜਾਣੀ ਕਿ ਬਹੁਤ ਹਾਲਾਤ ਮਾੜੇ ਆ। ਲੈਂਟਰ ਚਾਹੁੰਦਾ? ਹਾਂਜੀ, ਲੈਂਟਰ ਚਾਹੁੰਦਾ ਵੀਰ ਜੀ ਸਾਡਾ। ਛੱਤ ਵੀ ਡਿੱਗ ਪਈ ਸੀਗੀ ਥੋੜੇ ਦਿਨ, ਇੱਥੇ ਪੌੜੀਆਂ ਸਾਰਾ ਪੌੜੀਆਂ ਸੀਗੀਆਂ ਵੀਰੇ, ਉਹ ਡਿੱਗ ਪਈਆਂ ਸੀਗੀਆਂ ਸਾਡੇ 'ਤੇ, ਅਤੇ ਫਿਰ ਅਸੀਂ ਹੁਣ ਕਿਸੇ ਤੋਂ ਮਦਦ ਮੰਗੀ ਸੀ, ਉਹਨਾਂ ਨੇ ਨਹੀਂ ਕੀਤੀ ਸਾਡੀ ਮਦਦ, ਅਤੇ ਹੁਣ ਉਵੇਂ ਪਿਆ ਸਾਰਾ ਕੁਛ ਵੀਰ ਜੀ, ਬਸ ਜੋ ਮਾਲਕ ਨੂੰ ਚੰਗਾ ਲੱਗਣਾ। ਕੀ ਕਹਿੰਦੇ ਨੇ ਜਦੋਂ ਮਦਦ ਕਿਹਨਾਂ ਤੋਂ ਕੀਤੀ, ਕੀ ਕਹਿੰਦੇ ਸੀ ਉਹ? ਉਹ ਤਾਂ ਜੀ ਕੁਛ ਨਹੀਂ ਕਹਿੰਦੇ, ਉਹ ਕਹਿੰਦੇ ਜੀ ਕੋਈ ਨਾ, ਜਿੰਨਾ ਕੁ ਹੋਊਗਾ ਕਰਾਂਗੇ, ਐਂ ਕਰਾਂਗੇ, ਜੋ ਕਰਾਂਗੇ, ਪਰ ਕੋਈ ਪਹੁੰਚਿਆ ਨਹੀਂ ਗਾ ਹੈਗਾ। ਫੋਨਾਂ 'ਤੇ ਕਹਿੰਦੇ ਰਹੇ ਆ ਵੀ ਅਸੀਂ ਕਰਾਂਗੇ, ਆਪ ਵੀ ਫੋਨ ਕੀਤੇ ਬਹੁਤ ਵੀ ਸਾਡੀ ਮਦਦ ਕਰ ਦਿਉ, ਮੂਹਰੇ ਸਿਆਲ ਆਉਂਦਾ, ਮੀਂਹ ਆ ਜਾਂਦਾ, ਪਾਣੀ ਆ ਜਾਂਦਾ ਅੰਦਰ, ਅਤੇ ਉਹਦੀ ਕਰਕੇ ਉਹ ਕਹਿੰਦੇ ਕੋਈ ਨਾ ਦੇਖਾਂਗੇ, ਕਿਸੇ ਨੇ ਜਾਣੀ ਕਿ ਬਾਹ ਨਹੀਂ ਫੜੀ ਸਾਡੇ। ਤੁਹਾਡੇ ਘਰ ਵਾਲੇ ਨੂੰ ਕੀ ਹੋਇਆ ਸੀ ਮਾਤਾ? ਉਹਨਾਂ 'ਤੇ ਸੱਟਾਂ ਲੱਗੀਆਂ ਸੀ ਵੀਰ ਜੀ। ਕਿਵੇਂ? ਉਹ ਜੀ ਕੰਮ ਤੋਂ ਆਉਂਦੇ ਸੀਗੇ, ਗੱਡੀ ਵਾਲਾ ਫੇਟ ਮਾਰ ਕੇ ਛੱਟ ਗਿਆ ਸੀਗਾ, ਅਤੇ ਥਾਂ ਹੀ ਰਹਿ ਗਏ ਸੀਗੇ ਉਹ। ਇਲਾਜ ਬਹੁਤ ਕਰਾਇਆ, ਨਹੀਂ ਲੋਟ ਆਇਆ, 5 ਸਾਲ ਹੋ ਗਏ ਉਹਨਾਂ ਨੂੰ ਮੁੱਕਿਆ ਨੂੰ। ਉਸ ਤੋਂ ਬਾਅਦ ਫਿਰ ਘਰ ਦੇ ਹਾਲਾਤ ਜਿਹੜੇ ਖੇਰੂ ਖੇਰੂ ਬਹੁਤ ਖਰਾਬ ਹੋਏ ਵੀਰੇ, ਘਰ ਦੇ ਹਾਲਾਤ ਬਸ ਪੁੱਛੋ ਹੀ ਨਾ ਕੁਛ, ਜਾਣੀ ਕਿ ਇੱਕ ਜਿਉਂਦੇ ਫਿਰਦੇ ਹਾਂ, ਮਰੇ ਨਹੀਂ ਗਏ ਗਏ। ਜਿੰਨਾ ਕੁ ਹੋਇਆ ਬੱਚਿਆਂ ਨੂੰ ਉੱਥੇ ਤਾਂ ਹੀ ਲੈ ਕੇ ਆਈਆਂ, ਪੜ੍ਹਾਉਂਦੀ ਹਾਂ, ਇਹਨਾਂ ਦੀ ਪੜ੍ਹਾਈ ਦਾ ਵੀ ਦੇਖਦੀ ਹਾਂ, ਆਪਦਾ ਵੀ ਦੇਖਦੀ ਹਾਂ, ਘਰ ਦਾ ਵੀ ਦੇਖਦੀ ਹਾਂ, ਜਾਣੀ ਕਿ ਬਹੁਤ ਹੈਗਾ ਵਾ। ਬੱਚੇ ਨੂੰ ਲੈ ਕੇ ਨਾ ਮਾਂ ਪਿਓ ਦੇ ਸੁਪਨੇ ਹੁੰਦੇ ਨੇ ਵੀ ਇੱਕ ਵਧੀਆ ਘਰ ਪਾ ਕੇ ਦਈਏ, ਵਧੀਆ ਪੜ੍ਹਾਈ ਕਰ ਸੀਗੀ, ਮੇਰੇ ਬੱਚੇ ਪੜ੍ਹ ਲਿਖ ਕੇ ਵਧੀਆ ਰਹਿਣ, ਵਧੀਆ ਪੜ੍ਹਨ, ਕੋਈ ਇਹਨਾਂ 'ਤੇ ਟੈਨਸ਼ਨ ਨਾ ਪਵੇ। ਪਰ ਇਹਨਾਂ 'ਤੇ ਬੋਝ ਬਹੁਤ ਵੱਡਾ ਦੋਹਾਂ ਬੱਚਿਆਂ 'ਤੇ, ਇਹਨਾਂ 'ਤੇ ਮੇਰੇ ਨੂੰ ਵੱਧ ਆ, ਇਹਨਾਂ ਤੋਂ ਵੱਧ ਮੇਰੇ 'ਤੇ ਬੋਝ ਆ। ਹੁਣ ਆਹ ਹਾਲਾਤ ਦੇਖ ਕੇ ਤਾਂ ਬਹੁਤ ਬੁਰਾ ਹਾਲ ਆ ਵੀਰ ਜੀ, ਕੀ ਕਰ ਸਕਦੇ ਆ ਹੁਣ ਦੱਸੋ। ਛੋਟੇ ਛੋਟੇ ਨਾ ਬੱਚੇ ਸਾਡੇ ਨਾਲ ਮੌਜੂਦ ਨੇਗੇ, ਬੱਚੇ ਕੀ ਨਾਮ ਆ? ਮਨਦੀਪ। ਮਨਦੀਪ ਕਿਹੜੀ ਕਲਾਸ 'ਚ ਪੜ੍ਹਦੇ? 11ਵੀਂ 'ਚ ਪੜ੍ਹਦੇ। 11ਵੀਂ 'ਚ ਪੜ੍ਹਦੇ ਹੋ? ਮਾਤਾ ਨੇ ਦੱਸਿਆ ਸੀ ਵੀ ਕਦੇ ਸਕੂਲ ਵੀ ਨਹੀਂ ਜਾਂਦੇ, ਤੁਸੀਂ ਕਿਉਂ ਨਹੀਂ ਜਾਂਦੇ? ਕਦੇ ਫਿਰ ਮੰਮਾ ਨਾਲ ਕੰਮ ਕਰਾਉਣ ਜਾਣਾ ਹੁੰਦਾ, ਕਦੇ ਮੰਮੀ ਬਿਮਾਰ ਵੀ ਹੋ ਜਾਂਦੀ ਹੈ, ਫਿਰ ਮੰਮਾ ਤਾਂ ਨਹੀਂ ਇੰਨਾ ਹੁੰਦਾ, ਮੰਮੀ ਦਾ ਭਾਰ ਸਰੀਰ ਨਾਲ ਲੱਤ ਦਾ ਜਮ੍ਹਾਂ ਨਹੀਂ ਹੁੰਦਾ, ਫਿਰ ਕਰਨਾ ਪੈਂਦਾ ਮੈਨੂੰ ਮੂਹਰੇ ਹੋ ਕੇ ਮੰਮਾ ਨੂੰ ਦੇਖ ਕੇ। ਕਿੱਥੇ ਕੰਮ ਕਰਾਉਣ ਜਾਂਦੇ ਮੰਮਾ ਨਾਲ? ਮੰਮਾ ਨਾਲ ਘਰੇ ਜੱਟਾਂ ਦੇ ਘਰੇ ਝਾੜੂ ਪੋਚਾ ਕਰਾਉਣ ਜਾਂਦੀ ਹਾਂ। ਸਕੂਲ ਛੱਡ ਕੇ ਝਾੜੂ ਪੋਚਾ ਕਰਨ ਜਾਂਦੇ ਹਾਂ? ਹਾਂਜੀ। ਕਾਹਦੇ ਲਈ? ਸਟੱਡ ਲਈ ਅਤੇ ਸੁਪਨਿਆਂ ਲਈ। ਸੋ ਦੋਸਤੋ ਨਾ ਇਸ ਭੈਣ ਦੇ ਛੋਟੇ ਛੋਟੇ ਸੁਪਨੇ ਨੇਗੇ, ਸੁਪਨੇ ਅਜਿਹੇ ਨੇ ਕਿ ਵੀ ਘਰ ਦੇ ਹਾਲਾਤ ਖੇਰੂ ਖੇਰੂ ਹੋਏ ਪਏ ਨੇਗੇ, ਪੜ੍ਹਨ ਦੇ ਲਈ ਨਾ ਛੁੱਟੀ ਕਰਕੇ ਸਕੂਲ ਤੋਂ ਮੰਮੀ ਨੇ ਕਿਹਾ ਬਹਾਨਾ ਵੀ ਲਾ ਕੇ ਜਾਂਦੇ ਨੇ ਸਕੂਲ 'ਚ। ਬਹਾਨਾ ਲਾਉਣਾ ਪੈਂਦਾ, ਕਦੇ ਬਿਮਾਰ ਹੋ ਗਈ, ਕਦੇ 7 ਵਜੇ ਇਹੋ ਜਿਹਾ ਬਹਾਨਾ ਲਾਉਣਾ ਪੈਂਦਾ ਵੀ ਮੈਡਮ ਬੋਲਦੇ ਆ ਮੈਨੂੰ, ਤਾਂ ਮੈਡਮ ਕਹਿ ਦਿੰਦੇ ਆ ਤੂੰ ਝੂਠ ਬੋਲਦੇ, ਹੁਣ ਮੈਡਮਾਂ ਨੂੰ ਕੀ ਦੱਸਾਂ, ਮੇਰੇ ਹਾਲਾਤ ਹੀ ਇਹੋ ਜਿਹੇ, ਝੂਠ ਤਾਂ ਮੈਨੂੰ ਬੋਲਣਾ ਹੀ ਪੈਣਾ ਵਾ, ਜਿੱਦਣ ਜਾਂਦੀ ਉੱਧਰ ਝਟਕਾ ਪੈਂਦੀਆਂ ਸਕੂਲੋਂ। ਕੀ ਕੀ ਸੁਪਨੇ ਨੇ ਭੈਣ ਦੇ? ਮੈਂ ਸੋਚਿਆ ਸੀ ਮੈਂ ਪੜ੍ਹ ਪੁੜ ਕੇ ਬਾਹਰ ਨੂੰ ਜਾਊਂਗੀ, ਘਰ ਦੇ ਹਾਲਾਤ ਦੇਖ ਕੇ ਸੋਚਦੀ ਹਾਂ ਨਹੀਂ, ਸੁਪਨੇ ਨਹੀਂ ਪੂਰੇ ਹੋ ਸਕਦੇ ਮੇਰੇ ਤਾਂ, ਜੇ ਮੇਰੇ ਪਾਪਾ ਹੁੰਦੇ ਮੈਨੂੰ ਤਾਂ ਇੰਨਾ ਔਖਾ ਨਹੀਂ ਹੋਣਾ ਜਿੰਨਾ ਹੋ ਗਿਆ। ਅੱਜ ਪਾਪਾ ਨੂੰ ਕਿੰਨਾ ਕੁ ਯਾਦ ਕਰਦੇ ਹੋ? ਮੈਂ ਤਾਂ ਬਹੁਤ ਮਿਸ ਕਰਦੀ ਹਾਂ ਆਪਣੇ ਪਾਪਾ ਨੂੰ। ਹੈ ਨਾ, ਛੋਟਾ ਜਿਹਾ ਬੱਚਾ ਦੇਖ ਰੋਈ ਜਾਂਦਾ, ਪੁੱਤਰ ਰਿਹਾ ਜਾ, ਕੀ ਹੋਇਆ ਕੀ ਹੋਇਆ ਕੀ ਹੋਇਆ, ਯਾਦ ਆ ਰਹੀ ਹੈ ਪਾਪਾ ਦੀ? ਜੇ ਪਾਪਾ ਹੁੰਦੇ ਕੀ ਹਾਲਾਤ ਹੋਣੇ ਸੀ ਘਰ ਦੇ? ਕੀ ਸੁਪਨੇ ਕੀ ਹੈ ਪੁੱਤ ਤੇਰੇ? ਵੱਡਾ ਪੁਲਿਸ, ਪੁਲਿਸ ਬਣਨਾ ਵਾ। ਸਕੂਲ ਜਾਂਦਾ ਹੁੰਦਾ? ਅੱਜ ਕੱਲ੍ਹ ਤਾਂ ਨਹੀਂ ਗਿਆ। ਅੱਜ ਮੈਂ ਬਾਹਰ ਸੀ। ਕੀ ਕੰਮ ਕੀ ਕਰਨ ਜਾਂਦਾ ਹੁੰਦਾ ਤੂੰ ਸਕੂਲ ਛੱਡ ਕੇ? ਵੀ ਪਤਾ ਲੱਗਿਆ ਮੈਨੂੰ ਚਾਚੇ ਨਾਲ ਮੇਲੇ ਲਾਉਣ ਜਾਂਦਾ। ਚਾਚੇ ਨਾਲ ਮੇਲੇ ਲਾਉਣ? ਮੇਲੇ ਲਾਉਣਾ? ਹਾਂਜੀ। ਮੇਲਿਆਂ ਦੇ ਵਿੱਚ ਦੁਕਾਨ ਲਾਉਣਾ? ਹਾਂਜੀ। ਕਿਹੜੀ ਕਲਾਸ 'ਚ ਪੜ੍ਹਦਾ ਪੁੱਤ? ਨੌਵੀਂ। ਪੁੱਤ ਜਿਵੇਂ ਨਾ ਛੋਟੇ ਸੁਪਨੇ ਹੁੰਦੇ ਨੇ ਵੀ ਸਾਡਾ ਵੀ ਘਰ ਸੋਹਣਾ ਜਿਹਾ ਹੋਵੇ, ਤੇਰੇ ਵੀ ਸੁਪਨੇ ਆਏ? ਹਾਂਜੀ।
दिल करदा भी सोहना जिहा घर बने। हाँ जी। फिर वो देख सामने दर्शकों नूं कह दे कि भी मेरा घर बनवा दो, मेरा घर बना दो, ते मेरे सुपने की ने भी दस दे। सो ना छोटे छोटे बच्चों ने छोटे छोटे सुपने ने, पर अखा देख सकते हो, तुसीं खुद बयान कर रही ने, कितने कितने दिल दुखदा चीज़ां देख के भी छोटे छोटे बच्चे मेलियां दे विच कम करन दे लई, ते छोटी जी भैण घर दे विच कम करन दे लई मजबूर आ, एक अपने घर दे लई ते एक अपने छोटे छोटे सुपनियां दे लई। सो भैणे किन्नी कु याद आउंदी अज पापा दे, अज नाल हुंदे तां घर दे हालात किन्ने वधिया होणे सी। ਮੈਨੂੰ ਤਾਂ ਬਹੁਤ ਯਾਦ ਆਉਂਦੀ ਉਹਦੇ ਪਾਪਾ ਦੀ, ਜੇ ਮੇਰੇ ਪਾਪਾ ਹੁੰਦੇ ਸਾਨੂੰ ਜਮ੍ਹਾਂ ਨਹੀਂ ਘਰਾਂ ਦੇ ਕੰਮ ਕਰਨ ਦੇਣ, ਉਹਨਾਂ ਨੇ ਤਾਂ ਕਹਿਣਾ ਤੁਸੀਂ ਬਹਿ ਕੇ ਬਸ ਆਪਦਾ ਪੜ੍ਹ ਲਓ, ਮੈਂ ਆਪੇ ਕੰਮ ਕਰਕੇ ਦੂੰਗਾ ਜੇ ਮੈਂ ਮਰ ਜਾਈ। ਅੱਜ ਮੇਰੇ ਪਾਪਾ ਹੀ ਨਹੀਂ ਰਹੇ। ਮੰਮਾ ਨੂੰ ਦੇਖ ਕੇ ਕੀ ਆਉਂਦਾ ਵੀ ਮੰਮਾ ਦੇ ਲਈ ਆਹ ਮੈਂ ਸੁਪਨਾ ਰਿਹਾ ਵੀ ਵੱਡੀ ਹੋ ਕੇ ਜਦੋਂ ਕੁਛ ਬਣੂੰਗੀ ਤਾਂ ਪੂਰਾ ਕਰੂੰ। ਮੇਰੀ ਮੰਮਾ ਨੂੰ ਤਾਂ ਮੇਰੇ ਤੋਂ ਬਹੁਤ ਹਾਸ ਸੀ, ਹੁਣ ਮੈਨੂੰ ਲੱਗਦਾ ਮੈਂ ਤਾਂ ਨਹੀਂ ਕੁਛ ਹੋ ਸਕਦਾ ਮੰਮਾ ਦੇ ਕਰਕੇ। ਨਹੀਂ ਕਾ ਤਾਂ ਨਹੀਂ ਹੋਊਗਾ ਭੈਣੇ, ਆਪਾਂ ਨਾ ਹੌਸਲਾ ਨਹੀਂ ਹਾਰਨਾ। ਸੋ ਜ਼ਰੂਰ ਦਰਸ਼ਕੋ ਤੁਹਾਡੇ ਲਈ ਨਾ ਅਪੀਲ ਹੀ ਕਰਦੇ ਹਾਂ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ, ਨਿੱਕੀਆਂ ਨਿੱਕੀਆਂ ਅੱਖਾਂ ਨਿੱਕੇ ਨਿੱਕੇ ਸੁਪਨੇ ਨਾ ਅੱਜ ਉਡੀਕ ਕਰ ਰਹੇ ਨੇ ਤੁਹਾਡੇ ਇੱਕ ਸ਼ੇਅਰ ਦੀ ਅਤੇ ਤੁਹਾਡੇ ਇੱਕ ਸਾਥ ਦੀ, ਜ਼ਰੂਰ ਇਸ ਪਰਿਵਾਰ ਦੇ ਨਾਲ ਖੜੇ ਹੋ। ਜਦੋਂ ਭੈਣੇ ਵੱਡੀ ਹੋ ਕੇ ਬਣ ਗਈ ਕੁਛ, ਮੰਮਾ ਦੇ ਲਈ ਕੀ ਬਣਾਏਗੀ ਸਾਰੇ ਤੋਂ ਪਹਿਲਾਂ? ਪਹਿਲਾਂ ਮੰਮਾ ਲਈ ਤਾਂ ਮੈਂ ਪਾਪਾ ਤਾਂ ਲੈ ਕੇ ਨਹੀਂ ਆ ਸਕਦੀ ਹੁਣ, ਸੋਰੀ ਇਸ ਕਰਕੇ ਤਾਂ ਮੰਮਾ ਮੈਨੂੰ, ਹੁਣ ਮੈਂ ਇਹ ਸੋਚਦੀ ਹਾਂ ਮੰਮੀ ਦਾ ਜਿਹੜਾ ਬੁਢਾਪਾ ਵਾ ਮੈਂ ਖੁਸ਼ ਹੋ ਗਿਆ ਨਾ ਮੰਮੀ ਨੂੰ ਸਹਾਉਂਗਾ, ਮੈਨੂੰ ਇਹ ਹੋਊਗਾ ਚੱਲ ਮੇਰੇ ਜਵਾਕਾਂ ਨੇ ਮੇਰੇ ਲਈ ਆਹ ਕੁਛ ਕੀਤਾ, ਪਹਿਲਾਂ ਸਾਨੂੰ ਇਵੇਂ ਭੁੱਖੇ ਪਾ ਰਿਹਾ ਵਾ, ਭੁੱਖੀ ਪੈਂਦੀ ਰਹੀ ਹੈ, ਸਾਨੂੰ ਢਿੱਡ ਭਰਦੀ ਰਹੀ ਹੈ ਸਾਡਾ, ਚੱਲ ਹੁਣ ਮੈਂ ਮੰਮਾ ਦੇ ਸੁਪਨੇ ਤਾਂ ਪੂਰੇ ਕਰ ਦੂੰਗੀ। ਜਦੋਂ ਕਹਿੰਦੇ ਛੱਤ 'ਚ ਆਉਂਦੀ ਆ ਦਿਲ ਦੁੱਖਦਾ ਉਦੋਂ? ਮੈਂ ਤਾਂ ਬਹੁਤ ਡਰਦੀ ਹਾਂ, ਮੈਨੂੰ ਇਹ ਲੱਗਦਾ ਹੁੰਦਾ ਕਦੇ ਕੋਈ ਥੱਲੇ ਨਾ ਆ ਜਾਵੇ। ਜਿੱਦਣ ਛੱਤ ਡਿੱਗੀ ਸੀ ਉਦਣ ਕੀ ਹੋਇਆ ਸੀਗਾ? ਮੈਂ ਉਦਣ ਸਕੂਲ ਜਾਣਾ ਸੀ, ਪੌੜੀਆਂ ਡੈਗ ਗਈਆਂ ਸੀ, ਮੈਂ ਵਰਦੀ ਚੱਕਣ ਜਾਂਦੀ ਸੀ, ਉਹ ਇੱਕ ਸਟੈਪ ਆ ਗਏ, ਦੂਜੇ ਸਟੈਪ 'ਤੇ ਰੱਖਣ ਲੱਗੇ, ਸਾਰੀਆਂ ਪੌੜੀਆਂ ਥੱਲੇ ਡੈਗ ਗਈਆਂ। ਅੱਛਾ, ਤੁਸੀਂ ਬਚ ਗਏ ਉਦਣ? ਉਦਣ ਟੂਈ 'ਤੇ ਰਗੜਾ ਵੱਜੀਆਂ ਸੀ, ਉਹ ਤਾਂ ਬਚ ਗਈ ਸੀ। ਅੱਛਾ ਭੈਣੇ, ਕਾਪੀਆਂ ਕਿਤਾਬਾਂ ਦਾ ਖਰਚਾ ਕਿੱਥੋਂ ਪੂਰਾ ਕਰਦੇ ਹੋ? ਮੰਮਾ ਨੇ ਜਿਵੇਂ ਦੱਸਿਆ ਵੀ 1500-2000 ਰੁਪਈਆ ਮਹੀਨੇ ਦਾ ਮਿਲਦਾ ਸਾਰਾ? ਮੈਂ ਮੈਡਮਾਂ ਨੂੰ ਕਹਿੰਦੀ ਹਾਂ ਆਪਦੀਆਂ ਨੂੰ, ਮੈਡਮ ਜੀ ਮੇਰੀ ਹੈਲਪ ਕਰ ਦਿਉ, ਕਾਪੀਆਂ ਮੈਨੂੰ ਉਹ ਲਿਆ ਦਿੰਦੇ ਆ, ਚੱਲ ਫੀਸ ਹੁਣ ਮੈਂ ਉਹਨਾਂ ਨੂੰ ਕਹਿ ਕੇ ਮਾਫ਼ ਕਰਵਾਉਂਦੀ ਹਾਂ ਉਹਦੀ ਫੀਸ, ਮੈਡਮ ਕਹਿ ਦਿੰਦੇ ਆ ਜੇ ਨਾ ਸਕੂਲ ਆਈ ਪਈ ਅਸੀਂ ਨਹੀਂ ਤੇਰੀ ਫੀਸ ਦਿਆ ਕਰਨੀ, ਹੁਣ ਜੇ ਮੈਂ ਆ ਕੇ ਮੰਮੀ ਨੂੰ ਦੱਸਦੀ ਹਾਂ ਮੰਮੀ ਕਹਿ ਦਿੰਦੀ ਆ ਚੱਲ ਰਹਿਣ ਦੇ ਫਿਰ ਪੜ੍ਹਨ ਨੂੰ, ਫਿਰ ਸੋਚਦੀ ਹਾਂ ਫਿਰ ਜੇ ਨਾ ਪੜੂੰਗੀ ਫਿਰ ਮੈਂ ਗਾਹਾਂ ਬਣੂੰਗੀ ਕਿ ਹੁਣ ਸਾਰੀ ਉਮਰ ਝਾੜੂ ਪੋਚੇ ਤਾਂ ਨਹੀਂ ਕਰਦੀ ਰਹੂੰਗੀ, ਸਾਰੇ ਜਵਾਕ ਵੱਡੇ ਹੋ ਕੇ ਪੜ੍ਹ ਕੇ ਆਉਣਾ ਕਿੱਥੇ ਕਿੱਥੇ ਪਹੁੰਚ ਜਾਂਦੇ, ਮੇਰਾ ਵੀ ਦਿਲ ਕਰਦਾ ਵੀ ਮੰਮੀ ਆ ਕੇ ਦੱਸਦੀ ਭਾਈ ਉਹਨਾਂ ਦੇ ਜਵਾਕ ਆਹ ਬਣ ਗਏ, ਫਿਰ ਆਪਦਾ ਵੀ ਦਿਲ ਟੁੱਟਦਾ, ਮੰਮੀ ਨੇ ਕਿਸੇ ਪਾਸੇ ਨਹੀਂ ਅਸੀਂ ਰਹਿ ਸਕਦੇ। ਫਿਰ ਮੈਂ ਨਾ ਤੁਹਾਡਾ ਤਵਾ ਦੇਖਿਆ ਟੁੱਟਿਆ ਪਿਆ ਵਾ, ਪੈਸੇ ਨਹੀਂ ਮੈਂ ਕੀ ਕਰ ਸਕਦਾ। ਸੋ ਦਰਸ਼ਕੋ ਅਪੀਲ ਹੀ ਕਰਦੇ ਹਾਂ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਇਸ ਪਰਿਵਾਰ ਦੇ ਨਾਲ ਜ਼ਰੂਰ ਆ ਕੇ ਖੜੇ ਹੋ। ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਆਪਣੇ ਸੁਪਨੇ ਲਈ? ਕਹਿੰਦੀ ਹਾਂ ਪਲੀਜ਼ ਮੇਰਾ ਘਰ ਪਵਾ ਦਿਉ, ਮੈਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੀ ਜੇ ਤੁਸੀਂ ਮੇਰਾ ਘਰ ਪਾ ਦਿਉਂਗੇ, ਮੈਂ ਕਦੇ ਵੀ ਤੁਹਾਡਾ ਸਾਨ ਨਹੀਂ ਭੁੱਲ ਸਕਦੀ ਜੇ ਤੁਸੀਂ ਮੇਰਾ ਘਰ ਪਾ ਦਿਉ ਪਲੀਜ਼, ਹੋਰ ਮੈਨੂੰ ਕੁਝ ਨਹੀਂ ਚਾਹੀਦਾ, ਮੇਰਾ ਤਾਂ ਮੈਨੂੰ ਘਰ ਪਵਾ ਕੇ ਦੇ ਦਿਉ ਪਲੀਜ਼। ਅੱਛਾ ਭੈਣੇ, ਕੋਈ ਜ਼ਰੂਰ ਦਰਸ਼ਕ ਤੁਹਾਡੇ ਨਾਲ ਖੜ੍ਹਣਗੇ, ਕੋਈ ਨੰਬਰ ਜਿਹੜਾ ਫੋਨ ਨੰਬਰ ਬੋਲੇ? 90412-1724 ਇਹ ਨੰਬਰ ਮੇਰਾ ਹੀ ਹੈ, ਕਿਸੇ ਦਾ ਨੰਬਰ ਨਹੀਂ ਹੈਗਾ, ਪਲੀਜ਼ ਇਹ ਨੰਬਰ 'ਤੇ ਕਾਲ ਲਾ ਕੇ ਮੇਰੀ ਹੈਲਪ ਜ਼ਰੂਰ ਕਰ ਦਿਉ। ਪਿੰਡ ਕਿਹੜਾ ਹੈ? ਪਿੰਡ ਮੋਰਕਰੀਮਾ। ਮੋਰਕਰੀਮਾ। ਸੋ ਦੋਸਤੋ ਪਿੰਡ ਮੋਰਕਰੀਮਾ ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦੇ ਕੋਲ ਮੌਜੂਦ ਆ, ਨੰਬਰ ਵੀ ਤੁਹਾਨੂੰ ਦਿੱਤਾ, ਵੀਡੀਓ ਨੂੰ ਸ਼ੇਅਰ ਵੀ ਕਰ ਦਿਓ। ਜਦੋਂ ਪੁਲਿਸ ਵਾਲਾ ਬਣ ਗਿਆ ਕੀ ਕਰੇਗਾ ਮੰਮਾ ਪਾਪਾ ਦੇ, ਮੰਮੀ ਅਤੇ ਭੈਣ ਲਈ? ਮੰਮੀ ਨੂੰ ਬਸ ਸੁੱਖ ਦੇਣਾ ਜਦੋਂ ਭੱਟਾ ਬਣ ਗਿਆ। ਜੇ ਤੂੰ ਮੇਲੇ 'ਚ ਜਾਂਦਾ ਉੱਥੋਂ ਕਿੰਨੇ ਪੈਸੇ ਮਿਲਦੇ ਨੇ ਫਿਰ? 300 ਮਿਲ ਜਾਂਦਾ। 300? ਹਾਂਜੀ। ਸੋ ਆ ਬੱਚਾ ਨਾ ਛੋਟੀ ਜਿਹੀ ਦੇਖ ਸਕਦੇ ਹੋ ਉਮਰ ਆ, ਛੋਟੀ ਜਿਹੀ ਉਮਰ ਦੇ ਵਿੱਚ ਮੇਲਿਆਂ ਦੇ ਵਿੱਚ ਦੁਕਾਨ ਲਾਉਂਦਾ ਹੈ, ਘਰ ਦੇ ਹਾਲਾਤ ਆ ਜਿਹੜੇ ਬਿਲਕੁਲ ਨਾਜ਼ੁਕ ਹੋ ਚੁੱਕੇ ਨੇ, ਸ਼ੇਅਰ ਕਰ ਦਿਓ। ਜਿਹੜੇ ਵੀ ਦਰਸ਼ਕ ਇਸ ਵੀਡੀਓ ਨਾਲ ਜੁੜੇ ਨੇ, 1500 ਰੁਪਇਆ ਮਿਲਦਾ ਘਰਾਂ ਦੇ ਵਿੱਚ ਮਹੀਨਾ ਕੰਮ ਕਰਕੇ, 1000-1500 ਦੇ ਵਿੱਚ ਕਹਿ ਦਈਏ ਨਾ ਵੀ ਆਉਂਦਾ ਕੀ ਅੱਜ ਦੇ ਜ਼ਮਾਨੇ ਦੇ ਵਿੱਚ, 1000-1500 ਤਾਂ ਕਹਿ ਦਈਏ ਵੀ ਇੱਕ ਸਿਲੰਡਰ ਤੱਕ ਨਹੀਂ ਭਰਿਆ ਜਾਂਦਾ 1000-1500 ਦੇ ਨਾਲ, ਪਰ ਇਹ ਪਰਿਵਾਰ 1000-1500 ਦੇ ਨਾਲ ਮਹੀਨੇ ਦਾ ਗੁਜ਼ਾਰਾ ਕਰਦਾ, ਕਿਵੇਂ ਕਰਦਾ ਇਹ ਤੁਸੀਂ ਆਪ ਸੋਚ ਸਕਦੇ ਹੋ। ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਵੀ ਦਰਸ਼ਕ ਇਸ ਵੀਡੀਓ ਨਾਲ ਜੁੜੇ ਹੋਏ ਨੇ, ਅਤੇ ਜੁੜੇ ਰਹੋ ਲਵ ਪੰਜਾਬ ਦੇ ਨਾਲ, ਮੇਰੇ ਨਾਲ ਮੇਰੇ ਕੈਮਰਾ ਪਰਸਨ ਅਰਸ਼ਦੀਪ ਕੈਲੇ, ਧੰਨਵਾਦ।